ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਮਿੰਦਰ ਸ਼ੇਰਗਿੱਲ ਗਲੋਬਲ ਵੀਜ਼ਾ ਹੈਲਪਲਾਈਨ ਤੋਂ। ਸੋ ਗੱਲ ਕਰ ਰਹੇ ਹਾਂ ਜੀ ਕੈਨੇਡਾ ਸਟੱਡੀ ਵੀਜ਼ਾ ਨੂੰ ਲੈ ਕੇ। ਅੱਜ ਦਾ ਜੋ ਟਾਈਮ ਚੱਲ ਰਿਹਾ, ਹਰ ਇੱਕ ਬੱਚੇ ਦੇ ਡ੍ਰੀਮ ਡੈਸਟੀਨੇਸ਼ਨ ਬਣਿਆ ਹੋਇਆ ਜੀ ਕੈਨੇਡਾ ਸਟੱਡੀ ਵੀਜ਼ਾ। ਜਿਹੜੇ ਬੱਚੇ ਨੇ ਐਲਟਸ ਕੀਤੀ ਹੋਈ ਹੈ ਜਾਂ ਵਿਦਾਊਟ ਐਲਟਸ ਜਿਹੜੇ ਬੱਚੇ 2020 ਦੇ ਵਿੱਚ ਪਾਸ ਆਊਟ ਹੋਏ ਨੇ, ਹਰ ਇੱਕ ਬੱਚੇ ਦਾ ਡ੍ਰੀਮ ਡੈਸਟੀਨੇਸ਼ਨ ਕੈਨੇਡਾ ਸਟੱਡੀ ਵੀਜ਼ਾ ਬਣਿਆ ਹੋਇਆ ਜੀ। ਜਿੱਦਾਂ ਹੀ ਬਹੁਤ ਜ਼ਿਆਦਾ ਏਜੰਟਸ ਵੱਲੋਂ ਹੁਣ ਪ੍ਰਮੋਸ਼ਨ ਕੀਤੀ ਜਾ ਰਹੀ ਹੈ ਵੀ ਕੈਨੇਡਾ ਦੇ ਵੀਜ਼ੇ ਲੱਗਣੇ ਸ਼ੁਰੂ ਹੋ ਗਏ, ਕੈਨੇਡਾ ਦੇ ਵੀਜ਼ੇ ਲੱਗ ਰਹੇ ਆ। ਸੋ ਸਭ ਤੋਂ ਪਹਿਲਾਂ ਤਾਂ ਇਹ ਕਲੈਰੀਫਿਕੇਸ਼ਨ ਦੇਣਾ ਚਾਹਾਂਗਾ ਬੱਚਿਓ, ਕੈਨੇਡਾ ਦੀ ਅੰਬੈਸੀ ਹਲੇ ਬੰਦ ਹੈਗੀ ਆ, ਕੈਨੇਡਾ ਦੇ ਜਿਹੜੇ VFS ਨੇ ਉਹ ਹਲੇ ਬੰਦ ਹੈਗੇ ਆ, ਹਲੇ ਕੋਈ ਵੀ ਵੀਜ਼ਾ ਪਾਸਪੋਰਟ 'ਤੇ ਵੀਜ਼ਾ ਨਹੀਂ ਲੱਗ ਰਿਹਾ ਹੈਗਾ, ਕੋਈ ਵੀ ਪਾਸਪੋਰਟ 'ਤੇ ਸਟਿੱਕਰ ਨਵੇਂ ਵੀਜ਼ਾਸ ਦੇ ਨਹੀਂ ਲੱਗੇ, ਸਿਰਫ AIP ਔਨਲਾਈਨ ਅਪਰੂਵਲਸ ਆ ਰਹੀਆਂ ਨੇ ਬੱਚਿਆਂ ਦੀਆਂ, ਉਹ ਬਿਲਕੁਲ ਤੁਸੀਂ ਵੀ ਅਪਲਾਈ ਕਰ ਸਕਦੇ ਹੋ ਜੇ ਤੁਸੀਂ ਕੈਨੇਡਾ ਸਟੱਡੀ ਵੀਜ਼ਾ 'ਤੇ ਜਾਣਾ ਚਾਹੁੰਦੇ ਹੋ। 2020 ਦੇ ਲਈ ਆਪਣਾ ਕੇਸ ਅਪਲਾਈ ਕਰਨਾ ਚਾਹੁੰਦੇ ਹੋ ਤਾਂ 15 ਸਪਤੰਬਰ ਤੱਕ ਦਾ ਲਾਸਟ ਆਪਣੇ ਕੋਲ ਟਾਈਮ ਹੈਗਾ ਤੁਹਾਡਾ ਕੇਸ ਪ੍ਰੋਸੈਸ ਕਰਨ ਦੇ ਲਈ। 15 ਸਪਤੰਬਰ ਤੱਕ ਆਪਾਂ ਤੁਹਾਡੀ ਫਾਈਲ ਜਿਹੜੀ ਹੈਗੀ ਆ ਉਹ ਔਨਲਾਈਨ ਪ੍ਰੋਸੈਸ ਕਰਨੀ ਆ ਅੰਬੈਸੀ ਦੇ ਵਿੱਚ AIP ਦੇ ਲਈ। ਹਲੇ ਵੀ ਤੁਸੀਂ ਜੇ ਆਪਣਾ ਕੇਸ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਜਲੰਧਰ ਜਾਂ ਚੰਡੀਗੜ੍ਹ ਆਫਿਸ ਮਿਲ ਸਕਦੇ ਹੋ ਜੀ, ਕੈਨੇਡਾ ਸਟੱਡੀ ਵੀਜ਼ਾ ਦੇ ਲਈ ਅਪਲਾਈ ਕਰ ਸਕਦੇ ਹੋ। ਐਲਟਸ ਦੇ ਵਿੱਚ ਤੁਹਾਡੇ 6 ਬੈਂਡ ਆ, ਓਵਰਆਲ 5.5 ਆ, 1 ਮੋਡਿਊਲ 'ਚ ਜਾਂ 2 ਮੋਡਿਊਲ 'ਚ ਤਾਂ ਬਿਲਕੁਲ ਤੁਸੀਂ ਐਲੀਜੀਬਲ ਹੋ ਜੀ ਕੈਨੇਡਾ ਸਟੱਡੀ ਵੀਜ਼ਾ ਦੇ ਲਈ। ਸੋ ਬਟ ਇਹ ਤੁਹਾਨੂੰ ਅੱਜ ਸਮਝਣਾ ਪਏਗਾ ਵੀ AIP ਦੇ ਵੀਜ਼ਾ ਦੇ ਵਿੱਚ ਕੀ ਫਰਕ ਹੈਗਾ। ਸੋ ਬੱਚਿਓ, ਵੀਜ਼ਾ ਹੁੰਦਾ ਆ ਫਲਾਈ ਕਰਨ ਦੇ ਲਈ, ਵੀ ਵੀਜ਼ਾ ਆਪਣਾ ਲੱਗ ਗਿਆ, ਆਪਾਂ ਕਿਸੇ ਟਾਈਮ ਵੀ ਆਪਣੀ ਟਿਕਟ ਲੈ ਕੇ ਆਪਾਂ ਕੈਨੇਡਾ ਦੇ ਲਈ ਫਲਾਈ ਕਰ ਸਕਦੇ ਹਾਂ, ਕੈਨੇਡਾ ਦੇ ਲਈ ਆਪਾਂ ਜਹਾਜ਼ 'ਚ ਬਹਿ ਕੇ ਆਪਣਾ ਜਾ ਸਕਦੇ ਹਾਂ। AIP ਕੀ ਹੈਗਾ? AIP ਕੈਨੇਡਾ ਸਰਕਾਰ ਨੇ ਇੱਕ ਅਪਰੂਵਲ ਦਿੱਤੀ ਆ ਬੱਚਿਆਂ ਨੂੰ ਵੀ ਹਾਂਜੀ ਤੁਹਾਡਾ ਕੇਸ ਅਸੀਂ ਅਸੈਸ ਕਰ ਲਿਆ ਆ, ਤੁਸੀਂ ਐਲੀਜੀਬਲ ਹੋ ਕੈਨੇਡਾ ਸਟੱਡੀ ਵੀਜ਼ਾ ਲਗਵਾਉਣ ਦੇ ਲਈ, ਆਪਾਂ ਤੁਹਾਨੂੰ ਅਪਰੂਵਲ ਦੇ ਦਿੰਦੇ ਹਾਂ, AIP ਦੇ ਦਿੰਦੇ ਹਾਂ। AIP ਤੋਂ ਬਾਅਦ ਜਿਹੜੇ ਬੱਚੇ ਆਪਣਾ ਟਾਈਮ ਬਚਾਉਣਾ ਚਾਹੁੰਦੇ ਨੇ, ਆਪਣਾ ਸਮਾਂ ਖਰਾਬ ਨਹੀਂ ਕਰਨਾ ਚਾਹੁੰਦੇ, ਆਪਣਾ 1 ਇਨਟੇਕ ਜਾਂ 2 ਇਨਟੇਕ ਉਹ ਇੰਡੀਆ ਦੇ ਵਿੱਚ ਰਹਿ ਕੇ ਵੀ ਕਰ ਸਕਦੇ ਨੇ। ਜੇ ਤੁਸੀਂ ਆਪਣਾ 1 ਇਨਟੇਕ ਇੰਡੀਆ ਦੇ ਵਿੱਚ ਰਹਿ ਕੇ ਕਰਦੇ ਹੋ ਤਾਂ ਅਗਲੇ ਇਨਟੇਕ ਜਿਹੜੇ ਹੋਣਗੇ, ਮੰਨ ਲਓ ਤੁਹਾਡਾ 2 ਸਾਲ ਦਾ ਕੋਰਸ ਆ, ਤੁਸੀਂ 6 ਮਹੀਨੇ ਪੜ੍ਹਾਈ ਇੰਡੀਆ ਰਹਿ ਕੇ ਕਰ ਲਈ ਅਤੇ ਬਾਕੀ ਦੀ ਜਿਹੜੀ ਤੁਸੀਂ ਪੜ੍ਹਾਈ ਤੁਹਾਡੀ ਬਚਦੀ ਹੈ 3 ਸਮੈਸਟਰਾਂ ਦੀ, ਉਹ ਤੁਸੀਂ ਕੈਨੇਡਾ ਜਾ ਕੇ ਕਰ ਸਕਦੇ ਹੋ ਅਤੇ ਵਰਕ ਪਰਮਿਟ ਜਿਹੜੀ ਕੈਨੇਡਾ ਸਰਕਾਰ ਹੈਗੀ ਉਹ ਤੁਹਾਨੂੰ ਦੇਵੇਗੀ ਪੜ੍ਹਾਈ ਖਤਮ ਹੋਣ ਤੋਂ ਬਾਅਦ। ਇਹਦੇ 'ਚ ਇਹ ਨਹੀਂ ਹੈ ਵੀ ਜੇ ਤੁਸੀਂ ਇੰਡੀਆ 'ਚ ਪੜ੍ਹਾਈ ਕਰ ਲਈ, ਔਨਲਾਈਨ ਤੁਸੀਂ ਸਟੱਡੀ ਕਰ ਲਈ ਵੀ ਕੱਲ੍ਹ ਨੂੰ ਤੁਹਾਨੂੰ ਵਰਕ ਪਰਮਿਟ ਨਹੀਂ ਮਿਲੇਗਾ, ਇੱਦਾਂ ਦੀ ਕੋਈ ਵੀ ਪਰੇਸ਼ਾਨੀ ਦੀ ਗੱਲ ਨਹੀਂ ਆ। ਔਨਲਾਈਨ ਤੁਸੀਂ ਆਪਣੀ ਸਟੱਡੀ ਕਰਕੇ AIP ਦਾ ਫਾਇਦਾ ਲੈ ਸਕਦੇ ਹੋ। ਬਟ ਜਿਹੜੇ ਬੱਚੇ ਨਹੀਂ ਕਰਨਾ ਚਾਹੁੰਦੇ ਔਨਲਾਈਨ ਸਟੱਡੀਆਂ, ਜਿਹੜੇ ਬੱਚੇ ਸੋਚਦੇ ਆ ਵੀ ਅਸੀਂ ਕੈਨੇਡਾ ਦੇ ਵਿੱਚ ਜਾ ਕੇ ਹੀ ਪੜ੍ਹਾਂਗੇ ਕਿਉਂਕਿ ਅਸੀਂ ਪ੍ਰੈਕਟੀਕਲ ਉੱਥੇ ਜਾ ਕੇ ਸਟੱਡੀ ਕਰਨੀ ਆ, ਤਾਂ ਉਹ ਬੱਚਿਆਂ ਨੂੰ AIP ਦਾ ਕੋਈ ਜ਼ਿਆਦਾ ਵਧੇਰੇ ਫਾਇਦਾ ਨਹੀਂ ਹੈ। ਉਹ ਬੱਚਿਆਂ ਨੂੰ ਵੇਟ ਕਰਨਾ ਚਾਹੀਦਾ ਵੀ ਜਦੋਂ ਅੰਬੈਸੀ VFS ਖੁੱਲ੍ਹਦੇ ਆ ਆਪਣੀ ਪੇਪਰ ਫਾਈਲ ਜਾਂ ਔਨਲਾਈਨ ਉਹ ਫਾਈਲ ਆਪਣੀ ਅੰਬੈਸੀ ਦੇ ਵਿੱਚ ਦਾਖਲ ਕਰ ਸਕਦੇ ਹੋ। ਬਟ ਜੇ ਤੁਸੀਂ ਆਪਣਾ ਸਮਾਂ ਬਚਾਉਣਾ ਚਾਹੁੰਦੇ ਹੋ ਤਾਂ ਤੁਸੀਂ AIP ਦੇ ਲਈ ਅਪਲਾਈ ਕਰ ਸਕਦੇ ਹੋ ਜੀ। ਓਵਰਆਲ 6 ਬੈਂਡ ਆ ਤੁਹਾਡੇ, ਤਾਂ ਤੁਸੀਂ ਆਪਣੇ ਡਾਕੂਮੈਂਟ ਸਾਨੂੰ ਭੇਜ ਸਕਦੇ ਹੋ ਜਾਂ ਤੁਸੀਂ ਖੁਦ ਸਾਨੂੰ ਆਫਿਸ ਵਿੱਚ ਆ ਕੇ ਮਿਲ ਸਕਦੇ ਹੋ ਤਾਂ ਕੈਨੇਡਾ ਸਟੱਡੀ ਵੀਜ਼ਾ ਆਪਾਂ ਤੁਹਾਡਾ ਵਾਅਦਾ ਕਰਦੇ ਹਾਂ ਤੁਹਾਡੇ ਨਾਲ ਵੀ ਤੁਹਾਡੀ ਫਾਈਲ ਆਪਾਂ 15 ਸਪਤੰਬਰ ਤੋਂ ਪਹਿਲਾਂ ਲਾਂਚ ਕਰ ਦਾਂਗੇ ਜੀ AIP ਦੇ ਲਈ। ਸੋ AIP ਦੇਣਾ ਨਾ ਦੇਣਾ ਸਾਰਾ ਅੰਬੈਸੀ ਦੇ ਹੱਥ ਦੇ ਵਿੱਚ ਆ ਜੀ, ਸਾਡੇ ਹੱਥ ਦੇ ਵਿੱਚ ਤੁਹਾਡਾ ਦਾਖਲਾ ਕਰਾਉਣਾ ਹੈ ਜੀ, ਤੁਹਾਡਾ GAC ਕਰਾਉਣਾ, ਤੁਹਾਡੀ ਫਾਈਲ ਨੂੰ ਸਾਰੀ ਨੂੰ ਪ੍ਰਪੇਅਰ ਕਰਕੇ AIP ਦੇ ਲਈ ਅਪਲਾਈ ਕਰਨਾ ਆ। ਸੋ ਪੈਸੇ ਦਾ ਨੁਕਸਾਨ ਨਹੀਂ ਹੋਏਗਾ ਜੇ ਕੱਲ੍ਹ ਨੂੰ ਤੁਹਾਡਾ AIP ਨਹੀਂ ਆਉਂਦਾ, ਤਾਂ ਸਾਰੀ ਦੀ ਸਾਰੀ ਫੀਸ ਜੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਚਾਹੁੰਦੇ ਹੋ ਤਾਂ ਗਲੋਬਲ ਵੀਜ਼ਾ ਹੈਲਪਲਾਈਨ ਨਾਲ ਪ੍ਰੋਸੈਸ ਆਪਣਾ ਕੇਸ ਕਰਵਾ ਸਕਦੇ ਹੋ। ਆਪਣੀਆਂ ਫੀਸਾਂ ਖੁਦ ਭਰਨਾ ਚਾਹੁੰਦੇ ਹੋ, ਕੋਈ ਪੈਕੇਜ ਨਹੀਂ ਕਰਨਾ ਚਾਹੁੰਦੇ, ਤਾਂ ਵੀ ਗਲੋਬਲ ਵੀਜ਼ਾ ਹੈਲਪਲਾਈਨ ਨਾਲ ਸੰਪਰਕ ਕਰ ਸਕਦੇ ਹੋ ਜੀ। ਸੋ ਕੁਝ ਸਮੇਂ ਪਹਿਲਾਂ ਆਪਾਂ ਦੇਖਦੇ ਹਾਂ ਵੀ ਰੂਟੀਨ ਦੇ ਵਿੱਚ ਜਿਹੜੇ AIP ਹੈਗੇ ਉਹ ਸਟੂਡੈਂਟਸ ਦੇ ਆ ਰਹੇ ਆ, ਜਿਹੜੇ ਬੱਚਿਆਂ ਦਾ ਰੁਝਾਨ ਹੈਗਾ ਔਨਲਾਈਨ ਸਟੱਡੀ ਕਰਨ ਦੇ ਵਿੱਚ, ਉਹ ਕਾਫੀ ਬੱਚਿਆਂ ਦੇ AIP ਆਪਾਂ ਲੈ ਚੁੱਕੇ ਹਾਂ ਜੀ ਹੁਣ ਤੱਕ। ਬਾਕੀ ਜੇ ਤੁਸੀਂ ਵੀ ਸੋਚ ਰਹੇ ਹੋ ਵੀ ਤੁਹਾਡਾ AIP ਹਲ ਤੱਕ ਨਹੀਂ ਆਇਆ, ਤੁਹਾਡੇ ਦੋਸਤ ਦਾ ਆ ਗਿਆ ਜਾਂ ਕਿਸੇ ਰਿਸ਼ਤੇਦਾਰ ਦਾ ਆ ਗਿਆ, ਤੁਸੀਂ ਪਛਤਾ ਰਹੇ ਹੋ ਵੀ ਅਸੀਂ ਵੀ ਜੇ ਟਾਈਮ ਰਹਿੰਦੇ ਅਪਲਾਈ ਕਰ ਲੈਂਦੇ ਤਾਂ ਸਾਡਾ ਵੀ AIP ਆ ਜਾਂਦਾ, ਤਾਂ ਬੱਚਿਓ ਅੱਜ ਤੁਹਾਡੇ ਕੋਲ ਲਾਸਟ ਮੌਕਾ ਆ, ਤੁਹਾਡਾ ਹਲੇ ਵੀ ਕੋਈ ਵੀ ਸਮਾਂ ਨਹੀਂ ਲੰਘਿਆ, ਅੱਜ ਵੀ ਤੁਸੀਂ ਆਪਣਾ ਕੈਨੇਡਾ ਸਟੱਡੀ ਵੀਜ਼ੇ ਦੇ ਲਈ ਅਪਲਾਈ ਕਰ ਸਕਦੇ ਹੋ, AIP ਦੇ ਲਈ ਅਪਲਾਈ ਕਰ ਸਕਦੇ ਹੋ। ਹੁਣੀ ਫੋਨ ਚੱਕੋ 9955039503 'ਤੇ ਕਾਲ ਕਰਕੇ ਆਪਣੀ ਫਾਈਲ ਸਬਮਿਟ ਕਰੋ ਅਤੇ ਸਾਰੀ ਫੀਸ ਦਿਓ ਵੀਜ਼ਾ ਲੱਗਣ ਤੋਂ ਬਾਅਦ। ਤੁਹਾਨੂੰ ਹਲੇ ਵੀ ਘਬਰਾਉਣ ਦੀ ਲੋੜ ਨਹੀਂ ਹੈ ਜੇ ਤੁਸੀਂ ਕੈਨੇਡਾ ਦੇ ਲਈ AIP ਦੇ ਲਈ ਅਪਲਾਈ ਕਰ ਸਕਦੇ ਹੋ। ਲਾਸਟ ਡੇਟ ਮੈਂ ਦੱਸ ਰਿਹਾ ਵੀ 15 ਸਪਤੰਬਰ ਤੱਕ ਲਾਸਟ ਟਾਈਮ ਆ ਜੀ ਆਪਣੇ ਕੋਲ ਫਾਈਲ ਲੌਗਇਨ ਕਰਨ ਦਾ। ਬਟ ਇਹ ਨਹੀਂ ਹੈ ਵੀ ਤੁਸੀਂ 15 ਸਪਤੰਬਰ ਨੂੰ ਸਾਡੇ ਕੋਲ ਆ ਕੇ ਆਪਣਾ ਕੇਸ ਅਪਲਾਈ ਕਰੋ। ਤੁਹਾਨੂੰ ਪਤਾ ਵੀ ਆਫਰ ਲੈਟਰ ਦੇ ਲਈ ਵੀ 1 ਤੋਂ 2 ਦਿਨ ਦਾ ਟਾਈਮ ਲੱਗ ਰਿਹਾ, GAC ਸਰਟੀਫਿਕੇਟ ਲਈ ਵੀ ਘੱਟੋ ਘੱਟ 2-4 ਦਿਨ ਦਾ ਟਾਈਮ ਲੱਗ ਰਿਹਾ, ਅਤੇ 1 ਹਫ਼ਤੇ ਦਾ ਟਾਈਮ ਸਾਨੂੰ ਵੀ ਚਾਹੀਦਾ ਹੋਏਗਾ। ਜੇ ਤੁਸੀਂ ਆਪਣਾ ਕੈਨੇਡਾ ਦਾ AIP ਅਪਲਾਈ ਕਰਨਾ ਚਾਹੁੰਦੇ ਹੋ ਤਾਂ 10 ਸਪਤੰਬਰ ਤੋਂ ਪਹਿਲਾਂ ਤੁਸੀਂ ਆਪਣਾ ਕੇਸ ਸਾਡੇ ਕੋਲ ਅਪਲਾਈ ਕਰ ਸਕਦੇ ਹੋ, ਤਾਂ ਆਪਾਂ ਤੁਹਾਡਾ AIP ਦੇ ਅਪਲਾਈ ਕਰ ਦਾਂਗੇ। ਵਧੇਰੇ ਜਾਣਕਾਰੀ ਦੇ ਲਈ 9955039503 'ਤੇ ਕਾਲ ਕਰੋ।